ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਸਤਵਿੰਦਰ ਸਿੰਘ ਹਾਜ਼ਰਾਂ ਜੀ ਲੈ ਕੇ ਪ੍ਰੋਗਰਾਮ ਰੁੱਤ ਚੋਣਾਂ ਦੀ ਆਈ। ਅੱਜ ਜਿਵੇਂ ਕਿ ਆਪਾਂ ਨੂੰ ਪਤਾ ਕਿ ਕੈਲਗਰੀ ਦੇ ਵਿੱਚ ਅਲਬਰਟਾ ਦੇ ਵਿੱਚ ਜਿਹੜਾ ਹੈ ਪ੍ਰੋਵਿੰਸ਼ੀਅਲ ਇਲੈਕਸ਼ਨ ਜਿਹੜੇ ਅਗਲੇ ਸਾਲ ਹੋਣੇ ਨੇ, ਮੋਸਟਲੀ ਜਿਹੜੇ ਹੈਗੇ ਅਪ੍ਰੈਲ ਦੇ ਵਿੱਚ ਹੋਣੇ ਨੇ, ਔਰ ਉਸ ਤੋਂ ਬਾਅਦ ਜਿਹੜੇ ਫੈਡਰਲ ਇਲੈਕਸ਼ਨ ਵੀ ਜਿਹੜੇ ਅਕਤੂਬਰ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀ ਹੈ। ਅਤੇ ਕਾਫੀ ਐਕਟੀਵਿਟੀਜ਼, ਹਾਲਾਂਕਿ ਜੇ ਆਪਾਂ ਨੌਰਥ ਈਸਟ ਕੈਲਗਰੀ ਦੀ ਗੱਲ ਕਰੀਏ, ਕਿਉਂਕਿ ਪੰਜਾਬੀਆਂ ਦਾ ਜਿਹੜੇ ਹੈਗੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ, ਅਤੇ ਤਕਰੀਬਨ ਸਾਲ ਕੀ ਹੋ ਗਿਆ ਚੋਣਾਂ ਦਾ ਮਾਹੌਲ ਬਣਿਆ ਹੋਇਆ, ਪਰ ਹੁਣ ਤਾਂ ਕਿਉਂਕਿ ਨੋਮੀਨੇਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਗਿਆ, ਅਤੇ ਆਪਾਂ ਕਹਿ ਸਕਦੇ ਹਾਂ ਕਿ ਰੁੱਤ ਚੋਣਾਂ ਦੀ ਆਈ। ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚੋਣਾਂ ਦੇ ਨਾਲ ਜਿਹੜਾ ਇਲੈਕਸ਼ਨ ਦਾ ਰਿਲੇਟਡ ਜਿਹੜੀ ਗੱਲਬਾਤ ਕਰਾਂਗੇ। ਇਸ ਸਿਲਸਿਲੇ ਵਿੱਚ ਅੱਜ ਸਾਡੇ ਨਾਲ ਜਿਹੜੇ ਪਹੁੰਚੇ ਨੇ ਕੈਲਗਰੀ ਨੌਰਥ ਈਸਟ ਤੋਂ ਰਾਜਨ ਸਾਨੀ ਜੀ, ਜਿਹੜੇ ਕਿ ਯੂਸੀਪੀ ਪਾਰਟੀ ਦੇ ਨੋਮੀਨੇਸ਼ਨ ਵਾਸਤੇ ਉਮੀਦਵਾਰ ਨੇ। ਰਾਜਨ ਸਾਨੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ ਭਾਅ ਜੀ, ਤਾਂ ਸਾਡੇ ਸਾਰੇ ਵਿਊਅਰਸ ਨੂੰ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਅਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਪਹਿਲਾਂ ਤਾਂ ਜੱਗ ਪੰਜਾਬੀ ਸਟੂਡੀਓ ਦੇ ਵਿੱਚ ਪਹਿਲੀ ਵਾਰੀ ਤੁਸੀਂ ਆਏ ਹੋ ਜੀ? ਮੈਂ ਪਹਿਲੀ ਵਾਰੀ ਆ ਰਹੀ ਹਾਂ। ਥੈਂਕ ਯੂ ਜੀ, ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ, ਤੁਸੀਂ ਮੈਨੂੰ ਇਹ ਮੌਕਾ ਦੇ ਰਹੇ ਹਾਂ। ਥੈਂਕ ਯੂ। ਅਤੇ ਇਸ ਕਿਉਂਕਿ ਰਾਜਨ ਸਾਨੀ ਹੋਣੀ ਨੇ ਜਿਹੜੇ ਕੈਲਗਰੀ ਨੌਰਥ ਈਸਟ ਨਵੀਂ ਇੱਕ ਰਾਈਡਿੰਗ ਬਣੀ ਹੈ ਪ੍ਰੋਵਿੰਸ਼ੀਅਲ ਇਲੈਕਸ਼ਨ ਵਾਸਤੇ, ਅਤੇ ਉਹਦੀ ਯੂਸੀਪੀ ਪਾਰਟੀ ਦੀ ਨੋਮੀਨੇਸ਼ਨ ਪ੍ਰੋਸੈਸ ਚੱਲ ਰਿਹਾ, ਅਤੇ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹਾਂਜੀ। ਅਤੇ ਇਹ ਕਦੋਂ ਜਿਹੜਾ ਹੈਗਾ ਹੈ ਪਰਸ ਤੁਹਾਡੇ ਇਲੈਕਸ਼ਨ ਕਦੋਂ ਹੋ ਰਹੇ ਹੈਗੇ ਨੇ ਯੂਸੀਪੀ ਦੇ? ਇਲੈਕਸ਼ਨਸ ਹੋ ਰਹੇ ਹੈ ਇਸ ਸੈਟਰਡੇ ਨਵੰਬਰ 3, ਅਕਲੇਮ ਹੋਟਲ ਵਿੱਚ ਹੋਏਗੀ ਨੋਮੀਨੇਸ਼ਨ ਕੰਟੈਸਟ, 10 ਵਜੇ ਸਵੇਰੇ, 8 ਵਜੇ ਤੱਕ, ਸ਼ਾਮੀ ਤੱਕ। ਠੀਕ ਹੈ। ਮੋਸਟਲੀ ਜਿਹੜੇ ਸਾਡੇ ਦਰਸ਼ਕ ਅੱਜ ਤੁਹਾਨੂੰ ਦੇਖ ਰਹੇ ਨੇ, ਮੈਂ ਕਿਹਾ ਪਹਿਲੀ ਵਾਰੀ ਤੁਹਾਡੇ ਦਰਸ਼ਨ ਕਰ ਰਹੇ ਨੇ, ਰਾਜਨ ਸਾਨੀ ਜਿਹੜੇ ਹੈ ਕੌਣ ਹੈਗੇ ਨੇ, ਅਤੇ ਉਹ ਜਾਣਨਾ ਵੀ ਚਾਹੁੰਦੇ ਕਿ ਰਾਜਨ ਸਾਨੀ ਕੌਣ ਹੈਗੇ ਨੇ, ਅਤੇ ਤੁਸੀਂ ਆਪਣੇ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੋਇਆ, ਕਿੱਦਾਂ ਕਿੱਦਾਂ ਦੀ ਪੜ੍ਹਾਈ ਕੀਤੀ, ਅਤੇ ਕਿਸ ਤਰ੍ਹਾਂ ਜਿਹੜੀ ਲਾਈਫ ਅੱਗੇ ਚੱਲ ਰਹੀ ਹੈਗੀ? ਹਾਂਜੀ, ਸੋ ਮੇਰਾ ਜਨਮ ਇੱਥੇ ਕੈਲਗਰੀ ਦਾ ਹੈਗਾ। ਮੇਰੇ ਮੰਮੀ ਡੈਡੀ 1969 ਵਿੱਚ ਆਏ ਸੀ ਕੈਨੇਡਾ, ਤਾਂ ਉਹ ਜਦੋਂ ਆਏ ਸੀ ਉਹਨਾਂ ਦਾ ਬਸ ਇਹੀ ਸੁਪਨਾ ਸੀ ਕਿ ਉਹਨਾਂ ਦੀ ਲਾਈਫ ਵਧੀਆ ਹੋਵੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋਵੇ, ਐਜੂਕੇਸ਼ਨਲ ਓਪਰਚੁਨਿਟੀਜ਼ ਮਿਲਣ। ਤਾਂ ਮੇਰਾ ਜਨਮ ਹੋਇਆ ਸੀ 1971, ਤਾਂ ਅਸੀਂ ਉਸ ਸਮੇਂ ਅਸੀਂ ਰੰਡਲ ਵਿੱਚ ਰਹਿੰਦੇ ਸੀ, ਹੈ ਨਾ। ਤਾਂ ਮੇਰੀ ਪੜ੍ਹਾਈ ਲਿਖਾਈ ਜੂਨੀਅਰ ਹਾਈ, ਐਲੀਮੈਂਟਰੀ ਉਸੀ ਨੇਬਰਹੁੱਡਸ ਵਿੱਚ ਹੋਈ ਸੀ ਰੰਡਲ। ਤਾਂ ਜਦੋਂ ਹਾਈ ਸਕੂਲ ਦਾ ਟਾਈਮ ਆਇਆ ਤਾਂ ਸਾਡੇ ਇੱਥੇ ਕੋਈ ਨੇੜੇ ਤੇੜੇ ਸਕੂਲ ਵੀ ਨਹੀਂ ਸੀ ਜੀ। ਲੈਸਟਰ ਬੀ ਫੀਅਰਸਨ ਕਾਫੀ ਸਾਲ ਬਾਅਦ 'ਚ ਬਣਿਆ ਸੀ, ਤਾਂ ਮੈਂ ਬੱਸ 'ਤੇ ਜਾਂਦੀ ਸੀ ਰੋਜ਼ 1 ਘੰਟੇ ਵਾਸਤੇ, ਹੈ ਨਾ, ਟੂ ਜੇਮਸ ਪਾਵਰ ਹਾਈ ਸਕੂਲ। ਐਂਡ ਹਾਈ ਸਕੂਲ ਤੋਂ ਬਾਅਦ ਆਈ ਵੈਂਟ ਟੂ ਦਾ ਯੂਨੀਵਰਸਿਟੀ ਆਫ ਕੈਲਗਰੀ। ਮੈਂ ਆਪਣੀ ਪਹਿਲੀ ਡਿਗਰੀ ਖਤਮ ਕੀਤੀ ਸੀ BA ਇਨ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ, ਐਂਡ ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ। ਐਂਡ ਆਈ ਬਿਨ ਮੈਰਿਡ ਫੋਰ 25 ਈਅਰਸ। ਅਸੀਂ ਆਪਣਾ ਪਹਿਲਾ ਘਰ ਬੜੇ ਚਾਵਾਂ ਨਾਲ ਲਿਆ ਸੀ ਇਨ ਵਾਈਟ ਹੋਰਨ। ਉੱਥੇ ਅਸੀਂ ਤਕਰੀਬਨ 10 ਕੁ ਸਾਲ ਰਹੇ ਸੀ। ਮੇਰੀ ਵੱਡੀ ਬੇਟੀ ਦਾ ਜਨਮ ਉਸੇ ਘਰ 'ਚ ਹੋਇਆ ਸੀ। ਤਾਂ ਫਿਰ ਉਸ ਤੋਂ ਬਾਅਦ ਵੀ ਮੂਵ ਟੂ ਕੈਸਲ ਰਿਜ, ਐਂਡ ਮੇਰੇ 4 ਬੱਚੇ ਆ। ਮੇਰੀ ਵੱਡੀ ਬੇਟੀ ਹੈ ਨਾ 23 ਸਾਲਾਂ ਦੀ ਆ, ਉਹਦੀ ਪੜ੍ਹਾਈ ਹੋ ਚੁੱਕੀ ਆ, ਸ਼ੀ ਇਜ਼ ਅ ਕੈਮੀਕਲ ਇੰਜੀਨੀਅਰ, ਕੰਮ ਕਰ ਰਹੀ ਆ ਇਨ ਦੀ ਓਇਲ ਐਂਡ ਗੈਸ ਇੰਡਸਟਰੀ। ਤਾਂ ਮਾਈ ਸੈਕਿੰਡ ਡੌਟਰ 13 ਸਾਲਾਂ ਦੀ ਆ, ਤਾਂ ਮੇਰੇ ਜੋੜੇ ਹੈ ਟਵਿੰਸ ਹੈਗੇ ਆ, ਉਹਨਾਂ ਦਾ ਅੱਜ ਬਰਥਡੇ ਹੈਗਾ, ਸੋ ਹੈਪੀ ਬਰਥਡੇ ਟੂ ਮਾਈ ਟਵਿੰਸ। ਐਂਡ ਬਾਕੀ ਮੈਂ ਕੰਮ ਕਰ ਰਹੀ ਹਾਂ ਇਨ ਦੀ ਓਇਲ ਐਂਡ ਗੈਸ ਇੰਡਸਟਰੀ, ਤਾਂ ਮੈਨੂੰ ਮੇਰੇ ਖਿਆਲ 1 ਸਾਲ ਹੋ ਗਿਆ। ਐਂਡ ਮਾਈ ਹਸਬੈਂਡਸ ਨੇਮ ਇਜ਼ ਗੁਰਪ੍ਰੀਤ। ਅਤੇ ਜਿਵੇਂ ਮੈਨੂੰ ਹੈਰਾਨਗੀ ਹੋ ਰਹੀ ਹੈ, ਮੈਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਹੈਰਾਨਗੀ ਹੋਏਗੀ ਤੁਹਾਡੀ ਸਾਰੀਆਂ ਗੱਲਾਂ ਤੋਂ। ਪਹਿਲੀ ਇਸ ਗੱਲ ਤੋਂ ਕਿ ਤੁਸੀਂ ਇੱਥੇ ਦੇ ਜੰਮਪਲ ਹੈਗੇ ਹੋ ਅਤੇ ਇੰਨੀ ਵਧੀਆ ਪੰਜਾਬੀ ਬੋਲ ਰਹੇ ਹੈਗੇ ਹੋ, ਅਤੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵਰਗੇ ਇੱਥੇ ਪੰਜਾਬ ਦੇ ਵਿੱਚ ਜੰਮੇ ਪਲੇ ਹੁੰਦੇ ਨੇ, ਉੱਥੇ ਰਹੇ ਹੁੰਦੇ ਨੇ ਇੰਨੇ ਇੰਨੇ ਲੰਬੇ ਸਾਰੇ, ਇੱਥੇ ਆ ਕੇ ਵੀ ਉਹਨਾਂ ਦੀ ਪੰਜਾਬੀ ਵਿਗੜ ਜਾਂਦੀ ਹੈਗੀ ਆ, ਪਰ ਤੁਹਾਡੀ ਪੰਜਾਬੀ ਬਹੁਤ ਵਧੀਆ ਹੈਗੀ ਆ। ਦੇਖੋ ਜੀ ਭਾਅ ਜੀ, ਜਦੋਂ ਮੇਰੇ ਮੰਮੀ ਡੈਡੀ ਆਏ ਸੀ, ਉਹਨਾਂ ਦਾ ਇਹ ਵੀ ਬੜਾ ਧਿਆਨ ਉਹ ਰੱਖਦੇ ਸੀ ਵੀ ਬੱਚਿਆਂ ਨੂੰ ਹਮੇਸ਼ਾ ਆਪਣੇ ਕਲਚਰ ਨਾਲ, ਆਪਣੇ ਧਰਮ ਨਾਲ, ਹੈ ਨਾ, ਜੁੜੇ ਰਹਿਣ, ਆਪਣੀ ਗੁਰਸਿੱਖੀ ਨਾਲ ਜੁੜੇ ਰਹਿਣ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਤਾਂ ਮੈਂ ਉਹ ਜਿਹੜੀ ਅਰਲੀ ਸਿੱਖਿਆ ਹੈਗੀ ਉਹ ਮੈਂ ਕਦੇ ਭੁੱਲੀ ਨਹੀਂ ਹੈਗੀ। ਮੈਂ ਆਪਣੇ ਬੱਚਿਆਂ ਨਾਲ ਵੀ ਇਹੀ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਆਪਣੇ, ਹੈ ਨਾ, ਹੈਰੀਟੇਜ ਬਾਰੇ ਹਮੇਸ਼ਾ ਪਤਾ ਹੋਣਾ ਚਾਹੀਦਾ ਹੈ। ਸੋ ਮੇਰੇ ਬੱਚੇ ਵੀ ਪੰਜਾਬੀ ਬੋਲ ਲੈਂਦੇ ਆ, ਛੋਟੇ ਬੱਚੇ ਵੀ ਉਹ ਪੜ੍ਹ ਵੀ ਲੈਂਦੇ ਆ, ਐਂਡ ਦੇ ਆਰ ਸੈਕਿੰਡ ਜਨਰੇਸ਼ਨ। ਅਤੇ ਦੂਸਰੀ ਜਿਹੜੀ ਹੈਗੀ ਹੈਰਾਨਗੀ ਇਹਨਾਂ ਦੀ ਇਸ ਗੱਲ ਤੋਂ ਹੋ ਰਹੀ ਕਿ ਇੰਨਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ, ਜਿਵੇਂ ਤੁਸੀਂ, ਮੈਨੂੰ ਤਾਂ ਲੱਗਦਾ ਤੁਸੀਂ ਤਾਂ ਕੈਲਗਰੀ ਹਿਸਟਰੀ ਲਿਖ ਸਕਦੇ ਹੈਗੇ ਹੋ ਘੱਟੋ ਘੱਟ ਨੌਰਥ ਈਸਟ ਦੀ। ਤੁਸੀਂ ਜਿਹੜੇ ਹੈਗੇ ਰੰਡਲ ਦੇ ਵਿੱਚ ਰਹੇ, ਵਾਈਟ ਹੋਰਨ ਦੇ ਵਿੱਚ ਰਹੇ, ਅਤੇ ਉਦੋਂ ਦੀਆਂ ਤੁਸੀਂ ਗੱਲਾਂ ਕਰ ਰਹੇ ਜਦੋਂ ਮੈਨੂੰ ਲੱਗਦਾ ਜਿੱਥੇ ਅਸੀਂ ਬੈਠੇ ਹਾਂ ਅਤੇ ਕੁਛ ਵੀ ਨਹੀਂ ਹੁੰਦਾ ਹੋਣਾ। ਹਾਂਜੀ, ਇਹ ਕਮਿਊਨਿਟੀਜ਼ ਉਸ ਸਮੇਂ ਹੈ ਨਹੀਂ ਸੀ ਐਟ ਦੈਟ ਟਾਈਮ।
ਜਿਵੇਂ ਅੱਜ ਰੈਡਸਟੋਨ ਦੀ ਕਮਿਊਨਿਟੀ ਹੈਗੀ ਆ, ਉਸ ਸਮੇਂ ਰੰਡਲ ਵਾਸ ਦ ਕਮਿਊਨਿਟੀ ਐਂਡ ਰੰਡਲ ਤੋਂ ਬਾਅਦ ਕੋਈ ਹੋਰ ਕਮਿਊਨਿਟੀ ਨਹੀਂ ਸੀ। ਤੇ ਮੈਨੂੰ ਲੱਗਦਾ ਕਿ ਜਿਹੜੇ ਤੁਹਾਡੇ ਜਾਣ ਵਾਲੇ ਹੈਗੇ ਨੇ, ਜਿਹੜੇ ਤੁਹਾਡੇ ਇਲਾਕੇ ਦੇ ਨਿਵਾਸੀ ਹੈਗੇ ਨੇ, ਉਹ ਵੀ ਇਸ ਗੱਲ ਤੋਂ ਖੁਸ਼ ਹੋਣਾ ਚਾਹੀਦਾ ਉਹਨਾਂ ਨੂੰ, ਦੇ ਛੋਟਾ ਐਪਰੀਸ਼ੀਏਟ ਕਿ ਤੁਸੀਂ ਪੁਰਾਣਾ ਮਤਲਬ ਇੱਥੇ ਰਹਿੰਦੇ ਹੈਗੇ, ਸਾਰੇ ਹੀ ਮਾਹੌਲ ਤੁਸੀਂ ਦੇਖੇ ਹੋਏ ਇਹਦੇ ਵਿੱਚੋਂ, ਜਿਵੇਂ ਕਹਿੰਦੇ ਨੇ ਹੱਡ ਬੀਤੀ ਹੈਗੀ ਤੁਹਾਡੇ ਨਾਲ, ਤੁਸੀਂ ਆਪ ਇਹ ਕਮਿਊਨਿਟੀ ਨੂੰ ਗਰੋ ਕਰਦਿਆਂ ਦੇਖਿਆ, ਇਹਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਤੁਸੀਂ ਸਮਝਿਆ ਹੋਣਾ, ਪ੍ਰੋਬਲਮ ਫੇਸ ਵੀ ਕੀਤੀਆਂ ਹੋਣੀਆਂ, ਉਹਦੇ ਸਲੂਸ਼ਨ ਵੀ ਕੁਛ ਨਾ ਕੁਛ ਸੋਚੇ ਹੋਣੇ ਨੇ। ਔਰ ਤੀਸਰੀ ਗੱਲ ਦੀ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਯਾਰ ਕਿ ਮੇਰੀ ਬੇਟੀ ਜਿਹੜੀ ਹੈਗੀ 23 ਸਾਲ ਦੀ ਹੈਗੀ, ਮੈਨੂੰ ਤੁਸੀਂ 23 ਸਾਲ ਦੇ ਲੱਗ ਰਹੇ ਹੈਗੇ। ਓ ਥੈਂਕ ਯੂ ਜੀ, ਨੋ ਆਈ ਐਮ ਮਚ ਓਲਡਰ ਥੈਨ ਦੈਟ, ਥੈਂਕ ਯੂ ਜੀ ਭਾਜੀ। ਤੇ ਮੈਨੂੰ ਲੱਗਦਾ ਕਿ ਚਲੋ ਬਾਈ ਕਾਫੀ ਇੰਟਰਸਟਿੰਗ ਹੈ ਤੁਹਾਡੇ ਨਾਲ ਜਿਹੜੀ ਹੈਗੀ ਹੈ ਕਿ ਸ਼ੁਰੂਆਤ ਹੋਈ ਹੈਗੀ, ਤੇ ਲੋਕੀ ਵੀ ਜਿਹੜੇ ਹੈਗੇ ਨੇ ਜ਼ਰੂਰ ਤੁਹਾਡੀਆਂ ਗੱਲਾਂ ਦੇ ਵਿੱਚ ਵੀ ਇੰਟਰਸਟਡ ਰਹਿਣਗੇ, ਉਹਨਾਂ ਗੱਲਾਂ ਦੇ ਵਿੱਚ ਜਿਹਦੇ ਕਰਕੇ ਤੁਸੀਂ ਉਹਨਾਂ ਦੇ ਕਚਹਿਰੀ ਦੇ ਵਿੱਚ ਜਾ ਰਹੇ ਹੈਗੇ ਹੋ, ਹੈ ਨਾ। ਤੇ ਹੁਣ ਆਪਾਂ ਗੱਲ ਕਰਾਂਗੇ ਕਿ ਪੋਲਿਟਿਕਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਗਏ, ਆਇਲ ਐਂਡ ਗੈਸ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਦੇ ਕਰਦੇ ਪੋਲਿਟਿਕਸ ਇੱਕਦਮ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆ ਗਈ? ਹਾਂਜੀ, ਸੋ ਮੈਂ ਸ਼ੁਰੂ ਤੋਂ ਹੀ ਹਮੇਸ਼ਾ ਜਿੱਦਾਂ ਵੋਲੰਟੀਅਰਿਜ਼ਮ ਵਿੱਚ ਤਾਂ ਸੇਵਾ ਨਾਲ ਜੁੜੀ ਹਾਂ। ਜਦੋਂ ਮੇਰਾ ਵਿਆਹ ਹੋਇਆ ਸੀ ਉਸ ਸਮੇਂ ਮੈਂ ਕੈਲਗਰੀ ਇਮੀਗ੍ਰੈਂਟ ਵੂਮੈਨਸ ਐਸੋਸੀਏਸ਼ਨ ਨਾਲ ਵੋਲੰਟੀਅਰ ਕੰਮ ਕਰਦੀ ਸੀ। ਆਈ ਯੂਸ ਟੂ ਟੀਚ ਸਿਟੀਜ਼ਨਸ਼ਿਪ ਕਲਾਸਿਸ ਆਪਣੇ ਬਜ਼ੁਰਗਾਂ ਨਾਲ, ਹੈ ਨਾ, ਉਹਨਾਂ ਨੂੰ ਮੈਂ ਸਿਖਾਉਂਦੀ ਸੀ ਅਬਾਊਟ ਕੈਨੇਡੀਅਨ ਪੋਲੀਟਿਕਸ ਐਂਡ ਇਕੋਨਮੀ। ਤਾਂ ਬੱਚਿਆਂ ਹੋਣ ਤੋਂ ਬਾਅਦ ਮੈਂ ਕਾਫੀ ਐਕਟਿਵ ਰਹੀ ਹਾਂ ਵੋਲੰਟੀਅਰਿਜ਼ਮ ਵਿੱਚ। ਮੈਂ ਸਾਕਰ ਕੋਚ ਵੀ ਰਹੀ ਹਾਂ, ਬਾਸਕਿਟਬਾਲ ਕੋਚ ਵੀ ਰਹੀ ਹਾਂ, ਹਾਕੀ ਵਿੱਚ ਵੀ ਮੈਂ ਹਿੱਸਾ ਲੈਂਦੀ ਹਾਂ ਵੋਲੰਟੀਅਰਿੰਗ। ਆਈਸ ਹਾਕੀ, ਮੇਰਾ ਬੇਟਾ ਨਾ ਆਈਸ ਹਾਕੀ ਖੇਡਦਾ ਹੈ, ਆਈ ਵਾਸ ਅ ਸੋਸ਼ਲ ਕੋਆਰਡੀਨੇਟਰ ਫੋਰ ਦੈਟ। ਪਰ ਉਸ ਤੋਂ ਇਲਾਵਾ ਤਾਂ ਮੈਂ ਕੰਮ ਵੀ ਫੁੱਲ ਟਾਈਮ ਕਰਦੀ ਰਹੀ ਹਾਂ ਆਲ ਆਫ ਦੀਸ ਈਅਰਸ। ਪਰ ਡਾਊਨ ਟਾਊਨ corporate challenge, the United Way, Juvenile Diabetes Research Foundation, and 2014 vich Alberta Children's Hospital le asi seva gala shuru kita siga, ta the Guru Nanak Dev Ji Vision Clinic waste asi $50,000 to jyada raise kita si us saal, hai na। So hamesha main volunteerism ta seva vich main hissa lendi rahi ha ta। But the most meaningful time I spent was with the Sikh Society of Calgary. Uthe gurudware main 5 saal main Punjabi school chalaya, Southwest gurudwara sahib ji nu pakde ne, haan ji, jehda Southwest gurudwara hai ga। Te ek saal main senior vice president vi rahi ha, ta sadi committee bahut hi vadhiya si, assi ikatthiyan ne rall mil ke vaiguru ji di kripa naal bahut hi acche progressive projects assi kitte hai ke। Te utho hi tuhanu lagya ve politics ch aana chahida hai ga? Utho fir mainu aap khud nu mehsoos hoya that I have a passion for public service। ਤਾਂ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਆਪਣੀ ਕਮਿਊਨਿਟੀ ਲਈ ਮੈਂ ਕੁਛ ਕਰਾਂ, ਹੈ ਨਾ। ਨੌਰਥ ਈਸਟ ਕੈਲਗਰੀ ਵਿੱਚ ਮੈਂ ਜੰਮੀ ਪਲੀ ਹਾਂ, ਤਾਂ ਤੁਸੀਂ ਵੀ ਕਹਿ ਰਹੇ ਸੀ ਜਿਹੜੇ ਉਹ ਸਟੇਜਸ ਹੈਗੇ ਐਜ਼ ਅ ਚਾਈਲਡ, ਐਜ਼ ਅ ਯੂਥ, ਐਜ਼ ਅ ਯੰਗ ਵੂਮਨ, ਐਜ਼ ਅ ਯੰਗ ਮਦਰ, ਐਜ਼ ਅ ਵਰਕਿੰਗ ਮਦਰ, ਮੈਂ ਸਾਰੇ ਹਾਲਾਤਾਂ 'ਚੋਂ ਲੰਘ ਚੁੱਕੀ ਹਾਂ, ਤਾਂ ਮੈਂ ਸਮਝ ਸਕਦੀ ਹਾਂ ਵੀ ਉਹ ਮੁਸ਼ਕਿਲਾਂ ਕੀ ਹੈਗੀਆਂ। ਸੋ ਆਈ ਰੀਅਲੀ ਵਾਂਟ ਟੂ ਬੀ ਏਬਲ ਟੂ ਕਮ ਬੈਕ ਟੂ ਦ ਕਮਿਊਨਿਟੀ ਐਂਡ ਟੂ ਡੂ ਸਮ ਪ੍ਰੋਗਰੈਸਿਵ ਵਰਕ and help our communities। ਤੇ ਜਦੋਂ ਤੁਸੀਂ ਹੁਣ ਚਾਹੁੰਦੇ ਹੈਗੇ ਕਿ ਮੈਂ ਪੋਲੀਟਿਕਸ 'ਚ ਜਾਵਾਂ, ਕਿਉਂਕਿ ਅਸਲੀ ਪਾਵਰ ਤਾਂ ਆਪਾਂ ਕਹਿੰਦੇ ਪੋਲੀਟੀਸ਼ੀਅਨਸ ਦੇ ਵਿੱਚ ਜਾਂਦੀ ਹੈ, ਉਹੀ ਜਿਹੜੇ ਹੈਗੇ ਕਾਨੂੰਨ ਬਣਾਉਂਦੇ ਹੈਗੇ ਨੇ, ਹੈ ਨਾ, ਉਹੀ ਸ਼ੇਪ ਕਰਦੇ ਨੇ ਕਿਸੇ ਵੀ ਸੁਸਾਇਟੀ ਦੀ, ਹੈ ਨਾ, ਕੋਈ ਵੀ ਉਹਦਾ ਜੇ ਫਿਊਚਰ ਹੈਗਾ ਉਹਨੂੰ ਜਿਹੜਾ ਸ਼ੇਪ ਕਰਨ ਦੇ ਵਿੱਚ ਪੋਲੀਟੀਸ਼ੀਅਨ ਦਾ ਐਕਟਿਵ ਰੋਲ ਜਿਹੜਾ ਰਹਿੰਦਾ ਹੈਗਾ। ਪਰ ਫਿਰ ਆਪਣੇ ਕੋਲ ਇਹ ਆਪਸ਼ਨ ਹੁੰਦੀਆਂ ਕਿ ਕਿਹੜੀ ਪਾਰਟੀ ਦੇ ਵਿੱਚ ਜਾਇਆ ਜਾਵੇ, ਅਤੇ ਦੈਨ ਵਾਈ ਯੂ ਜਿਹੜਾ ਤੁਸੀਂ ਕਿਉਂ ਚੂਜ਼ ਕੀਤਾ ਕਿ ਮੈਂ UCP ਦੇ ਵਿੱਚ ਜਾਣਾ ਹੈਗਾ? ਗੁੱਡ ਕੁਐਸਚਨ ਜੀ। ਹੁਣ ਮੈਂ ਸ਼ੁਰੂ ਤੋਂ ਹੀ ਕੰਸਰਵੇਟਿਵ ਵੋਟ ਕੀਤਾ, ਸ਼ੁਰੂ ਤੋਂ ਆਇਆ ਕੰਸਰਵੇਟਿਵ। ਐਂਡ ਬਾਕੀ ਕਿਉਂਕਿ ਮੈਂ ਓਇਲ ਐਂਡ ਗੈਸ ਇੰਡਸਟਰੀ ਵਿੱਚ ਕੰਮ ਕਰਦੀ ਹਾਂ, ਮੈਂ ਵੀ ਦੇਖ ਰਹੀ ਹਾਂ ਵੀ ਸਾਡੀ ਇਕੋਨਮੀ ਦੀ ਹਾਲਾਤ ਕਿਸ ਤਰ੍ਹਾਂ ਚੱਲ ਰਿਹਾ, ਐਂਡ ਇਟਸ ਟਾਈਮ ਫੋਰ ਅ ਚੇਂਜ। UCP ਦੀ ਜਿਹੜੀ ਪਲੈਟਫਾਰਮ ਹੈ ਮੈਨੂੰ ਵਧੀਆ ਲੱਗੀ, ਕਿਉਂਕਿ ਸਾਡੇ ਟੈਕਸਿਸ ਵੀ ਬਹੁਤ ਵੱਧ ਗਏ ਨੇ, ਦਾ ਕਾਰਬਨ ਟੈਕਸ ਇੰਕਲੂਡਿਡ। ਐਂਡ ਸਾਡੀ ਜਿਹੜੀ ਇਨਵੈਸਟਮੈਂਟ ਪਹਿਲਾਂ ਆਉਂਦੀ ਸੀ ਸਾਡੇ ਪ੍ਰੋਵਿੰਸ ਵਿੱਚ, ਉਹ ਵੀ ਬਹੁਤ ਘੱਟ ਗਈ ਆ, ਐਂਡ ਦੈਟਸ ਅ ਬਿਗ ਪ੍ਰੋਬਲਮ। ਕਿਉਂਕਿ ਜਦੋਂ ਇਨਵੈਸਟਮੈਂਟ ਆਉਂਦੀ ਆ ਇਕੋਨਮੀ ਵਿੱਚ, ਸਾਰਿਆਂ ਦਾ ਫਾਇਦਾ ਹੁੰਦਾ, ਇਕੋਨਮੀ ਵੀ ਠੀਕ ਹੁੰਦੀ ਹੈ, ਵੀ ਹੈਵ ਮੋਰ ਜੋਬਸ, ਵੀ ਹੈਵ ਮੋਰ ਗਰੋਥ। ਸੋ ਇਹ ਖਾਸ ਰੀਜ਼ਨ ਸੀਗੇ ਟੂ ਜੁਆਇਨ ਦ UCP। ਤੇ ਤੁਹਾਨੂੰ ਇਹ ਲੱਗਦਾ ਕਿ ਜਿਵੇਂ UCP ਦੇ ਆਮ ਤੌਰ 'ਤੇ ਆਪਾਂ ਜੋ ਕੰਜ਼ਰਵੇਟਿਵ ਜਿਹੜੇ ਹੈਗੇ ਨੇ ਕਿ ਉਹ ਜਿਹੜੇ ਬਿਜ਼ਨਸ ਲੋਕ ਹੈਗੇ ਨੇ, ਉਹਨਾਂ ਨੂੰ ਲੋਕ ਕਹਿੰਦੇ ਕਿ ਜ਼ਿਆਦਾ ਜਿਹੜੇ ਹੈਗੇ ਨੇ ਕਿ
ਕਹਿ ਲਓ ਕਿ ਉਹਨਾਂ ਦੀ ਸਪੋਰਟ ਕਰਦੇ ਹੈਗੇ ਨੇ ਜਾਂ ਕਈ ਇਨਵੈਸਟਮੈਂਟਸ ਵਾਲੀਆਂ ਜਾਂ ਇੰਡਸਟਰੀ ਜਿਹੜੀ ਹੈਗੀ ਹੈ ਉਹਨਾਂ ਨੂੰ ਜ਼ਿਆਦਾ ਜ਼ਿਆਦਾ ਸਪੋਰਟ ਕਰਦੇ ਨੇ, ਤੁਹਾਨੂੰ ਵੀ ਐਂ ਲੱਗਦਾ ਕਿ ਜਿਹੜੀ ਇਕੋਨਮੀ ਜਿਹੜੀ ਹੈਗੀ ਹੈ ਹਾਂਜੀ ਉਹਨੂੰ ਅਗਰ ਆਪਾਂ ਅੱਪ ਲੈ ਕੇ ਜਾਣਾ ਤਾਂ ਇਹਨਾਂ ਲੋਕਾਂ ਦੀ ਸਪੋਰਟ ਕਰਨੀ ਪਏਗੀ ਜਾਂ ਟੈਕਸ ਲੋ ਕਰਨੇ ਪੈਣਗੇ? ਹਾਂਜੀ ਜ਼ਰੂਰ, ਅਸੀਂ ਸਮਾਲ ਬਿਜ਼ਨੈਸਿਸ ਦੀ ਸਪੋਰਟ ਕਰਨੀ ਚਾਹੀਦੀ ਹੈ, ਟੈਕਸਿਸ ਵੀ ਸਾਨੂੰ ਰਿਵਿਊ ਕਰਨੇ ਚਾਹੀਦੇ ਆ ਕਿਉਂਕਿ ਇਟਸ ਅ ਟਫ ਟਾਈਮ ਇਨ ਦੀ ਇਕੋਨਮੀ, ਤਾਂ ਅਸੀਂ ਚਾਹੁੰਦੇ ਹਾਂ ਵੀ ਫੈਮਲੀਜ਼ ਨੂੰ ਹੈ ਨਾ ਜ਼ਿਆਦਾ ਡਿਸਪੋਜ਼ੇਬਲ ਇਨਕਮ ਹੋਵੇ, ਵੀ ਸ਼ੁਡਨਟ ਬੀ ਓਵਰ ਟੈਕਸਿੰਗ ਪੀਪਲ, ਤਾਂ ਵੈਨ ਜਦੋਂ ਫੈਮਲੀਜ਼ ਕੋਲ ਜ਼ਿਆਦਾ ਪੈਸੇ ਹੁੰਦੇ ਆ ਫਿਰ ਉਹ ਖਰਚਦੇ ਵੀ ਹੈਗੇ ਆ, ਦੇ ਸੇਵ ਅ ਪੋਰਸ਼ਨ ਅਤੇ ਸਪੈਂਡ ਅ ਪੋਰਸ਼ਨ ਐਂਡ ਇਟਸ ਗੁੱਡ ਫੋਰ ਦੀ ਇਕੋਨਮੀ। ਠੀਕ ਹੈ, ਮੈਂ ਪੋਲਿਸੀਜ਼ ਦੇ ਬਹੁਤ ਤੁਹਾਨੂੰ ਸਵਾਲ ਨਹੀਂ ਇਸ ਇੰਟਰਵਿਊ ਵਿੱਚ ਪੁੱਛਣਾ ਚਾਹਾਂਗਾ ਕਿਉਂਕਿ ਤੁਹਾਡੇ ਇੰਟਰਨਲ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨੇ ਤੁਹਾਨੂੰ ਵੋਟ ਕਰਕੇ ਤੁਹਾਨੂੰ ਨੋਮੀਨੇਟ ਕਰਨਾ ਹੈਗਾ, ਪੋਲਿਸੀਜ਼ ਦੇ ਆਪਾਂ ਫਿਰ ਗੱਲ ਕਰਾਂਗੇ ਜੇ ਤੁਸੀਂ ਨੋਮੀਨੇਸ਼ਨ ਜਿੱਤ ਗਿਆ ਹੋਵੇ। ਅਤੇ ਪਰ ਤੁਹਾਡੇ ਜਿਹੜੇ ਕੰਜ਼ਰਵੇਟਿਵ ਯੂਸੀਪੀ ਦੇ ਜਿਹੜੇ ਮੈਂਬਰ ਹੈਗੇ ਨੇ ਤੁਹਾਡੀ ਪਾਰਟੀ ਦੇ ਤੁਹਾਡੀ ਰਾਈਟਿੰਗ 'ਤੇ, ਉਹ ਤੁਹਾਨੂੰ ਕਿਉਂ ਵੋਟ ਪਾਉਣ, ਤੁਸੀਂ ਕੀ ਕਹਿਣਾ ਚਾਹੋਗੇ? ਦੈਟਸ ਅ ਵੈਰੀ ਗੁੱਡ ਕੁਐਸਚਨ। ਇੱਕ ਤਾਂ ਮੈਂ ਕਹਿ ਸਕਦੀ ਹਾਂ ਕਿ ਕਿਉਂਕਿ ਮੈਂ ਨੌਰਥ ਈਸਟ ਕੈਲਗਰੀ 'ਚ ਮੈਂ 40 ਸਾਲ ਤੋਂ ਜ਼ਿਆਦਾ ਰਹੀ ਹਾਂ, ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਭਾਅ ਜੀ, ਮੈਂ ਸਾਰੇ ਸਟੇਜਸ ਦੇਖ ਚੁੱਕੀ ਹਾਂ, ਆਈ ਕੈਨ ਰਾਈਟ ਅ ਸਟੋਰੀ ਅਬਾਊਟ ਨੌਰਥ ਈਸਟ ਕੈਲਗਰੀ। ਤਾਂ ਬਾਕੀ ਜਦੋਂ ਮੈਂ ਛੋਟੀ ਸੀ ਸਾਨੂੰ ਸਕੂਲਿੰਗ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਸੀ, ਬੱਸਿੰਗ ਦੀ ਪ੍ਰੋਬਲਮ ਸੀ, ਤਾਂ ਮੈਂ ਦੇਖ ਰਹੀ ਹਾਂ, ਮੈਂ ਕਈਆਂ ਨਾਲ ਗੱਲ ਕੀਤੀ ਆ ਵੀ ਉਹੀ ਪ੍ਰੋਬਲਮਸ ਅੱਜ ਵੀ ਹੈਗੇ ਆ, ਯੰਗ ਫੈਮਲੀਜ਼ ਨੂੰ ਮੈਂ ਦੇਖਦੀ ਹਾਂ ਵਿਚਾਰੇ ਇੰਨੇ ਪਰੇਸ਼ਾਨ ਹੋਏ ਪਏ ਆ ਵੀ ਸਾਡੇ ਬੱਚਿਆਂ ਵਾਸਤੇ ਸਕੂਲਸ ਨਹੀਂ ਹੈਗੇ, ਹਾਈ ਸਕੂਲ ਨਹੀਂ ਹੈਗਾ, ਬੱਚੇ ਵਿਚਾਰੇ ਸਵੇਰੇ ਅਰਲੀ ਉੱਠ ਕੇ ਦੇ ਟਰੈਵਲ ਔਨ ਦਾ ਬੱਸ ਫਾਰ ਫਾਰ ਲੋਕੇਸ਼ਨਸ, ਕਿੰਨੀ ਪ੍ਰੋਬਲਮ ਹੈਗੀ ਆ। ਤਾਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਮੈਂ ਆਸਾਨ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਸਮਝ ਸਕਦੀ ਹਾਂ, ਮੈਂ ਲੰਘ ਚੁੱਕੀ ਹਾਂ ਥਰੂ ਦਿਸ ਸਟੇਜ ਆਫ ਲਾਈਫ। ਤਾਂ ਬਾਕੀ I believe that we need a really, really strong voice, a very articulate voice who can speak to the assembly about all of the issues that we're facing in Northeast Calgary. Horna mainu pata hai ve social issues bhi kafi ne, there's going to be problems with addictions, mental health issues. Tan jo main dekhdi ha, I think it's time for a change, it's time to bring strength to this position and to take it to the assembly. Dusra ye vi hai ke jehde tade hun internal nomination honi hai ki ohde vich ek candidate chunya jana jehde ke baki parties jehde candidate unnan naal jehda hai ke fight karna unnan diyan policies de naal unnan de tusi apne aap nu kinna ke right candidate samajhde hage ke you are ready to compete with other parties jehde candidates honge unnan naal kis tarah tusi compete kar sakoge? I am in the right position, I'm ready. Mainu one of the policies bare vi pata hai, mainu I have great confidence in the UCP policies. I think for Calgary Northeast, the UCP party is the best party. It's the only party, and that people will see that. ਤੇ ਜਾਂਦੇ ਜਾਂਦੇ ਕੁਛ ਹੋਰ ਤੁਸੀਂ ਸੁਣਿਆ ਆਪਣੇ ਜਿਹੜੇ ਮੈਂਬਰਸ ਹੈਗੇ ਨੇ ਤੁਹਾਡੇ ਯੂਸੀਪੀ ਦੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਨਾਲੇ ਜੇ ਇਲੈਕਸ਼ਨ ਪ੍ਰੋਸੈਸ ਕਦੋਂ ਕਿੱਥੇ ਤੇ ਕਿੰਨੇ ਵਜੇ ਹੋਣਾ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ? ਹਾਂਜੀ, ਪਹਿਲਾਂ ਮੈਂ ਇਲੈਕਸ਼ਨ ਪ੍ਰੋਸੈਸ ਬਾਰੇ ਗੱਲ ਕਰਾਂਗੀ। ਸੋ ਸੈਟਰਡੇ ਨਵੰਬਰ 3rd ਇਜ਼ ਵੋਟਿੰਗ ਡੇ, ਇਟਸ ਐਟ ਦੀ ਅਕਲੇਮ ਹੋਟਲ। ਬਾਕੀ ਤੁਸੀਂ ਮੇਰੇ ਫੇਸਬੁੱਕ ਪੇਜ 'ਤੇ ਜਾਂ ਮੇਰੇ ਵੈਬਸਾਈਟ 'ਤੇ ਤੁਸੀਂ ਜਾ ਕੇ ਦੇਖ ਸਕਦੇ ਆ। 10 ਵਜੇ ਸਵੇਰੇ ਸ਼ੁਰੂ ਹੋਗੀ ਵੋਟਿੰਗ, 8 ਵਜੇ ਸ਼ਾਮੀ ਤੱਕ ਫਿਨਿਸ਼ ਹੋਏਗੀ। ਤਾਂ ਮੈਂ ਚਾਹੁੰਦੀ ਹਾਂ ਵੀ ਸਾਰੇ ਇਫ ਯੂ ਕੈਨ ਕਮ ਅਰਲੀਅਰ ਇਟਸ ਬੈਟਰ। ਤਾਂ ਬਾਕੀ ਇਨ ਕਲੋਜ਼ਿੰਗ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਜਦੋਂ ਵੀ ਮੈਂ ਬਾਹਰ ਜਾਂਦੀ ਹਾਂ ਜੋੜਨਾ ਕੀ ਜਾਂ ਮੈਂ ਕਿਸੇ ਨੂੰ ਮਿਲਦੀ ਹਾਂ, ਆਈ ਸੀ ਯੰਗ ਫੈਮਲੀਜ਼, ਮੈਂ ਦੇਖਦੀ ਹਾਂ ਉਹ ਆਪਣੇ ਬੱਚੇ ਨਾਲ ਹੁੰਦੇ ਆ, ਬਜ਼ੁਰਗ ਵੀ ਹੁੰਦੇ ਆ ਆਪਣੇ ਪੋਤੇ ਪੋਤੀਆਂ ਨਾਲ, ਦੋਹਤੇ ਦੋਹਤੀਆਂ ਨਾਲ। ਤਾਂ ਜਦੋਂ ਮੈਂ ਉਹਨਾਂ ਨੂੰ ਮਿਲਦੀ ਹਾਂ ਮੈਂ ਇਹੀ ਸੋਚਦੀ ਹਾਂ ਦੈਟ I was that child once. I was that child who grew up and went to elementary school and junior high in Calgary. I was that youth who went to high school and navigated through all those pressures in high school. I was the young woman in university who worked hard, and I was a young married woman who married a young professional immigrant, and we all had dreams to have a very successful life. And Vaiguru ji di kirpa naal we've worked very hard and we've achieved success. Ta meri dilli tamanna hai that I should try to help the residents of Northeast Calgary to make their lives easier. Jehdiyan unhan diyan mushkilan hegiyan ve thode jiya asaan kara, and main badi koshish karangi. So I want to make sure that all the residents know
that I will be your voice, I'll represent, and I will do my level best to bring your concerns to the assembly. ਕੰਪੇਨ ਦੇ ਦੌਰਾਨ ਤੁਸੀਂ ਆਪਣੀਆਂ ਫੈਮਿਲੀਜ਼ ਦੀ ਗੱਲ ਕੀਤੀ ਤਾਂ ਤੁਹਾਡੀ ਫੈਮਿਲੀ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਤੁਹਾਨੂੰ? ਮੈਨੂੰ ਤਾਂ ਬਹੁਤ ਹੀ ਜ਼ਿਆਦਾ ਸਪੋਰਟ ਮਿਲ ਰਹੀ ਹੈ. ਐਕਚੁਲੀ ਮੈਂ ਬੜੀ ਲੱਕੀ ਹਾਂ ਇਸ ਮਾਮਲੇ ਵਿੱਚ. ਮੇਰੇ ਮਾਈ ਮਦਰ ਇਨ ਲਾਅ ਅੱਜ ਮੇਰੇ ਨਾਲ ਹੈਗੇ ਆ ਐਂਡ ਮਾਈ ਹਸਬੈਂਡ ਇਜ਼ ਵਿਦ ਮੀ ਟੂ. ਚਾਰ ਬੱਚਿਆਂ ਨਾਲ ਤੁਹਾਨੂੰ ਪਤਾ ਵੀ ਕਿੰਨਾ ਕੰਮ ਹੋ ਜਾਂਦਾ ਹੈ. ਤਾਂ ਮੈਨੂੰ ਹਮੇਸ਼ਾ ਸਾਰਿਆਂ ਨੇ ਕਿਹਾ ਸੀ ਜਦੋਂ ਅਸੀਂ ਸਲਾਹ ਕਰ ਰਹੇ ਸੀ, ਇਟਸ ਅ ਫੈਮਲੀ ਡਿਸੀਜ਼ਨ ਹੈ ਨਾ, ਇਕੱਲਿਆਂ ਦੀ ਡਿਸੀਜ਼ਨ ਨਹੀਂ ਹੈਗੀ. ਤਾਂ ਮੈਨੂੰ ਸਾਰਿਆਂ ਨੇ ਇਨਕਰੇਜ ਕੀਤਾ. ਤਾਂ ਮੇਰੀ ਮੋਮ ਨੇ ਕਿਹਾ, ਮਾਈ ਮਦਰ ਇਨ ਲਾਅ ਐਂਡ ਮਾਈ ਮੋਮ, ਵੀ ਤੁਸੀਂ ਹੈ ਨਾ ਕੁਛ ਬੱਚਿਆਂ ਬਾਰੇ ਨਾ ਫਿਕਰ ਕਰਨਾ, ਡੋਂਟ ਵਰੀ ਟੂ ਮੱਚ ਅਬਾਊਟ ਐਵਰੀਥਿੰਗ ਐਟ ਹੋਮ, ਅਸੀਂ ਹੈਗੇ ਹਾਂ, ਅਸੀਂ ਤੁਹਾਡੀ ਹੈਲਪ ਕਰਾਂਗੇ. ਤਾਂ ਮੰਮੀ ਸਾਡੇ ਹੁਣ ਉਹਨਾਂ ਦੀ ਡਬਲ ਨੀ ਰਿਪਲੇਸਮੈਂਟ ਸਰਜਰੀ ਹੋਈ ਵੀ ਹੈ, ਪਰ ਉਹ ਰੋਜ਼ ਮੇਰੇ ਨਾਲ ਡੋਰ ਨੋਕਿੰਗ ਜਾਂਦੇ ਆ. ਸੋ ਆਈ ਐਮ ਵੈਰੀ ਲੱਕੀ, ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ. ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਰੁਝੇਵਿਆਂ ਦੇ ਵਿੱਚ ਸਮਾਂ ਕੱਟਿਆ ਅਤੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ, ਤੁਹਾਡੇ ਵੋਟਰ ਵੀ ਹੈਗੇ ਨੇ, ਤੁਹਾਡੇ ਜਿਹੜੇ ਪਾਰਟੀ ਮੈਂਬਰਸ ਵੀ ਹੋਣਗੇ, ਅਤੇ ਉਹਨਾਂ ਨੇ ਤੁਹਾਡੀ ਗੱਲਬਾਤ ਤਾਂ ਸੁਣੀਆਂ, ਤੁਹਾਡੇ ਵਿਚਾਰ ਸੁਣੇ, ਉਹਨਾਂ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ. ਤੁਹਾਡਾ ਬਹੁਤ ਬਹੁਤ ਧੰਨਵਾਦ ਜੀ. ਅਤੇ ਅਸੀਂ ਚਾਹੁੰਦੇ ਜੀ ਭਾਅ ਜੀ, ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ. ਮਿਹਰਬਾਨੀ ਜੀ, ਥੈਂਕ ਯੂ ਜੀ. ਸਭ ਨੂੰ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ.